ਇੱਥੇ ਬੰਦਿਆਂ ਦੀ ਹੁਣੇ ਅਰੈਸਟ ਪੈਣੀ ਚਾਹੀਦੀ ਹੈ। ਇੱਥੇ ਅਰੈਸਟ ਪੈਣੀ ਚਾਹੀਦੀ, ਬੰਦਾ ਨਹੀਂ ਮੈਂ ਕੋਈ ਜਾਣ ਦੇਣਾ। ਮੈਂ ਇੱਥੋਂ ਅਰੈਸਟ ਪਵਾਉਣ ਤੋਂ ਬਿਨਾਂ ਇੱਥੋਂ ਮੈਂ ਨਿਕਲਦਾ ਬਾਹਰੋਂ। ਬੰਦ ਦੁਕਾਨ ਦੁਕਾਨ 'ਤੇ ਨਹੀਂ ਖੁੱਲ੍ਹਣ ਦਿੰਦੇ, ਜਿੱਦਾਂ ਪਰਚਾ ਨਹੀਂ ਕਰਦੇ। ਦੁਕਾਨ ਸੀ ਹੋਏਗੀ ਇੱਦਾਂ ਥੋੜ੍ਹੀ। ਆਹ ਵੇਖ ਲਓ, ਆਹ ਹਾਲ ਵੇਖ ਲਓ ਇੱਥੇ। ਆਹ ਸੁਖਮਨੀ ਸਾਹਿਬ ਹਿੰਦੀ ਦੇ, ਆਹ ਪੰਜਾਬੀ ਦੇ, ਆਹ ਮਿੱਟੀ ਤੁਸੀਂ ਆਹ ਦੇਖ ਲਓ। ਆਹ ਤੁਹਾਡੇ ਸਾਹਮਣੇ ਆਹ ਦੇਖੋ ਮਿੱਟੀ, ਆਹ ਹਾਲ ਨੇ। ਯਾਰ ਕਮਾਲ ਗੱਲ ਕਰਦੇ ਹੋ, ਕੀ ਗੱਲ ਕਰਨੀ ਸਾਡੇ ਨਾਲ ਤੁਸੀਂ? ਇਹ ਕੀ ਹੈ, ਇਹ ਮਜ਼ਾਕ ਹੈ ਸਾਡੇ? ਸਾਡੀ ਜਾਨ ਸਾਡੀ ਹੈ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇੱਕ ਬੜੀ ਇੰਪੋਰਟੈਂਟ ਜਿਹੜੀ ਆ ਇਨਫੋਰਮੇਸ਼ਨ ਜਿਹੜੀ ਮਿਲੀ ਆ ਗੁਰੂ ਸਾਹਿਬ ਜੀ ਦੀਆਂ ਪਾਵਨ ਗੁਟਕਾ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਰਾਜਪੁਰ ਸ਼ਹਿਰ ਦੇ ਵਿੱਚ। ਅਸੀਂ ਹੁਣ ਉੱਥੇ ਚੱਲੇ ਹਾਂ, ਦੇਖਦੇ ਹਾਂ ਸਿਚੁਏਸ਼ਨ ਕੀ ਆ, ਕਿੱਦਾਂ ਦੀ ਕਹਾਣੀ ਆ, ਕਿਵੇਂ ਬੇਅਦਬੀ ਹੋਈ ਆ। ਸਾਡੇ ਕੋਲ ਵੀਡੀਓ ਆਈ ਸੀਗੀ, ਬਿਲਕੁਲ ਜੈਨੂਨ ਸੀਗਾ ਗੁਰੂ ਸਾਹਿਬ ਜੀ ਅਤੇ ਪਾਵਨ ਗੁਟਕਾ ਸਾਹਿਬ ਜੀ ਦਾ ਨਿਤਨੇਮ ਦੀਆਂ ਪੋਥੀਆਂ ਜਿਹੜਾ ਹੈ ਉਹ ਬੇਅਦਬੀ ਪੂਰੀ ਹੋ ਰਹੀ ਹੈ, ਰੱਜ ਕੇ ਹੋ ਰਹੀ ਹੈ। ਬੜਾ ਦੁੱਖ ਲੱਗਿਆ ਵੀ ਉਹ ਕਿੱਥੋਂ ਗੁਟਕਾ ਸਾਹਿਬ ਆਏ ਹੋਣਗੇ, ਕਿਹੜੀ ਦੁਕਾਨ ਤੋਂ ਆਏ ਹੋਣਗੇ, ਕਿਹੜੇ ਬੰਦੇ ਦਿੱਤੇ ਹੋਣਗੇ, ਕਿਹੜੇ ਐਸੀ ਪ੍ਰਿੰਟਰ ਆ ਛਾਪਕ ਆ ਜਿਹਨੇ ਉਹ ਇੱਥੇ ਪੋਥੀਆਂ ਉਹ ਆਈਆਂ ਨੇ, ਉਹ ਹੁਣ ਤੁਸੀਂ ਵੇਖਦੇ ਆ ਬਾਕੀ ਕੀ ਕਾਰਵਾਈ ਕਰਨੀ ਹੋ ਗਏ ਹੁੰਦੇ ਆ। ਪਹਿਲਾਂ ਜਾ ਕੇ ਉਹ ਸਾਰੀ ਸਿਚੁਏਸ਼ਨ ਨੂੰ ਵੇਖਦੇ ਆ, ਆਪਾਂ ਤੁਹਾਨੂੰ ਦਿਖਾਉਂਦੇ ਆ ਜਾ ਕੇ। ਹੁਣ ਦੋ ਨੌਜਵਾਨਾਂ ਨੂੰ ਭੇਜਣ ਲੱਗੇ ਹਾਂ ਉੱਥੇ ਜਿੱਥੇ ਗੁਟਕਾ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਜਿਸ ਜਗ੍ਹਾ 'ਤੇ ਕਿੱਥੇ ਹੋ ਰਹੀ ਹੈ ਤੁਹਾਨੂੰ ਸਾਰਾ 5-10 ਮਿੰਟਾਂ 'ਚ ਅਸੀਂ ਦਿਖਾ ਦੇਣਾ। ਅਤੇ ਇਹ ਵੀਰ ਚੱਲੇ ਨੇ, ਇੱਕ ਵੀਰ ਮੋਨਾ, ਇੱਕ ਵੀਰ ਨਾਲ ਸਰਦਾਰ ਭੇਜਣ ਲੱਗੇ ਅਸੀਂ ਵੀ ਜਾ ਕੇ ਦਿਓ ਵੀ ਤੁਹਾਨੂੰ ਗੁਟਕਾ ਸਾਹਿਬ ਕਿਵੇਂ ਮਿਲਦਾ, ਉੱਥੋਂ ਕਿੱਦਾਂ ਦਿੰਦੇ ਨੇ, ਕੀ ਹਿਸਾਬ ਕਿਤਾਬ ਹੈ, ਕੀ ਰੇਟ ਹੈ, ਕਿਵੇਂ ਗੁਟਕਾ ਸਾਹਿਬ ਪਏ ਨੇ, ਉਹ ਸਾਰਾ ਕੁਛ ਉਹ ਸਾਡੇ ਕੋਲ ਤਾਂ ਵੀਡੀਓ ਪਹਿਲਾਂ ਦੀ ਹੈਗੀ ਸਾਡੇ ਕੋਲ, ਤੁਸੀਂ ਨਾਲ ਤੁਹਾਨੂੰ ਵੀਡੀਓ ਦਿਖਾ ਦਾਂਗੇ ਵੀ ਕਿਵੇਂ ਗੁਟਕਾ ਸਾਹਿਬ ਪਏ ਨੇ। ਪਰ ਇਹ ਵੀਰ ਹੁਣ ਚੱਲੇ ਨੇ ਤਾਂ ਕਿ ਗੁਟਕਾ ਸਾਹਿਬ ਲੈ ਕੇ ਆਉਣ, ਕਿੱਦਾਂ ਲੈ ਕੇ ਆਉਂਦੇ ਨੇ, ਉਹਨਾਂ ਦੇ ਕੈਮਰਿਆਂ ਵਿੱਚ ਰਿਕਾਰਡ ਹੋ ਜੂਗਾ, ਫਿਰ ਉਹਨਾਂ ਦੇ ਕੈਮਰੇ ਦੀ ਵੀਡੀਓ ਕਢਾ ਕੇ ਤੁਹਾਨੂੰ ਦਿਖਾਵਾਂਗੇ। ਪੌੜੀਆਂ ਚੜ੍ਹਦੀਆਂ ਨੇ, ਕੀ ਹਾਲ ਹੈ, ਠੀਕ ਹੋ ਸੇ ਤਾਂ? ਹਾਂਜੀ ਉੱਪਰ ਚੱਲੇ ਦੋ ਮਿੰਟ। ਹੈ ਚੱਕੀਆਂ ਨੇ, ਹੈ ਆ ਨਿਸ਼ਾਨ ਨੇ ਨਾ, ਇੱਥੇ ਪਈਆਂ ਸੀ ਕਿਤਾਬਾਂ ਜਿਹੜੇ ਕੱਲ੍ਹ ਦੇ ਵੀਡੀਓ ਨੇ ਆਪਣੇ ਕੋਲ, ਕੱਲ੍ਹ ਦੀਆਂ ਵੀਡੀਓਜ਼ ਨੇ, ਕੱਲ੍ਹ ਦੀ ਵੀਡੀਓ ਬਣੀ ਸੀ। ਖੜ ਜਾ ਦੁਰਗਾ ਹੈ ਨਾ, ਇੱਥੇ ਕਿਤਾਬਾਂ ਸੀਗਾ ਦੁਨੇ ਲਾਈਵ ਚੱਲਣ ਦੇ, ਇੱਦਾਂ ਹੀ ਵੀਡੀਓ ਚੱਲਣ ਦੇ। ਇੱਥੇ ਗੁਟਕਾ ਸਾਹਿਬ ਭਾਈ, ਸੁੰਦਰ ਗੁਟਕਾ ਸਾਹਿਬ ਨਹੀਂ ਨਹੀਂ ਕਿੱਥੇ ਨੇ ਉੱਪਰ, ਚੱਲ ਵੀ ਉੱਪਰ ਕਿੱਥੇ ਨੇ, ਕਹਿੰਦੇ ਲੱਗ ਰਿਹਾ ਸੀ ਇਹਨਾਂ ਨੂੰ, ਜਲਦੀ ਕਰ ਕਿੱਥੇ ਨੇ ਗੁਟਕਾ ਸਾਹਿਬ, ਕਿੱਧਰ ਨੇ, ਇੱਧਰ ਉੱਪਰ, ਇੱਧਰ ਆਓ ਚਲੀ। ਇੱਥੇ ਪਏ ਸੀ ਨਾ ਪਹਿਲਾਂ? ਅੱਛਾ ਕੋਈ ਟੋਕ ਗਿਆ, ਕੌਣ ਟੋਕ ਗਿਆ? ਅੱਛਾ ਕਸਟਮਰ ਸੀਗਾ, ਕਿੱਥੇ ਰੱਖੇ ਨੇ ਹੁਣ, ਨਾਲ ਚੱਲਣਾ ਸੀ ਦੇਖਣ, ਕਿੱਥੇ ਰੱਖੇ ਗਏ? ਆ ਜਾ ਨਾਲ ਚੱਲਦੇ ਹਾਂ ਤੇਰੇ, ਦਿਖਾ ਦੇ ਦਰਸ਼ਨ ਕਰਾ ਦੇ ਥੋੜ੍ਹਾ ਜਿਹਾ। ਆ ਜਾ ਬੇਟਾ,
ਇੱਥੇ ਬਾਅਦ ਮਰਨਾ ਸਾਗਰ ਕਿਹੜਾ ਸਰ ਉੱਪਰ ਵੇਖਿਆ ਸਾਗਰ ਕਲਾ ਸਾਗਰ ਦੂਜੀ ਗੱਲ ਨਿਕਲੀ ਕਲਾ ਸਾਗਰ ਹਾਂ ਚੱਲ ਆ ਜਾ ਵੀ ਆ ਗਏ ਵੀ ਚੱਲ ਕਿੱਥੇ ਚੱਲ ਉੱਪਰ ਮੈਂ ਗੁਰਕਾ ਸਾਹਿਬ ਆ ਜਾ ਇੱਕ ਮਿੰਟ ਖੜ ਜਾ ਤੂੰ ਇੱਧਰ ਆ ਜਾ ਤੂੰ ਇੱਥੇ ਆ ਜਾ ਇੱਥੇ ਖੜ ਆ ਜਾ ਜਲਦੀ ਕੀ ਸੁਣਦਾ ਯਾਰ ਆ ਗਿਆ ਇੱਥੇ ਪਏ ਨੇ ਹੈ ਕਿੱਥੇ ਨੇ ਆ ਜਾ ਵੀ ਦੁੱਲੇ ਕਿੱਥੇ ਪਏ ਗੁਰਕਾ ਸਾਹਿਬ ਸੰਗਤ ਜੀ ਆ ਖੜੇ ਹਾਂ ਅਸੀਂ ਇੱਥੇ ਆ ਗੁਟਕਾ ਸਾਹਿਬ ਪਏ ਨੇ ਆ ਦੁਕਾਨ ਹੈ ਬਈ ਇਹ ਕਿੰਨੀ ਦੇਰ ਤੋਂ ਸੇਲ ਕਰਦੇ ਹੋ ਤੁਸੀਂ ਗੁਟਕਾ ਸਾਹਿਬ ਆ ਸਾਰੇ ਗੁਟਕਾ ਸਾਹਿਬ ਨੇ ਆ ਗੁਟਕਾ ਸਾਹਿਬ ਇਹ ਵੀ ਉੱਠਾ ਪਿਆ ਕੋਈ ਕਿੱਦਾਂ ਪਿਆ ਬਿਨਾਂ ਗਿਆਨੀ ਮੋਹਨ ਸਿੰਘ ਆ ਸਾਰੇ ਗੁਟਕਾ ਸਾਹਿਬ ਨੇ ਆ ਉੱਪਰ ਨਿਤਨੇਮ ਦੇ ਫੜੀ ਮੜੇ ਦੁੱਲੇ ਧੁੰਨੇ ਕੋਈ ਨੀ ਪਿਹੜਾ ਕੱਪੜੇ ਨਾਲ ਫੜ ਤੂੰ ਫੜ ਤੇ ਆ ਤੁਹਾਡੇ ਸਾਹਮਣੇ ਤੁਸੀਂ ਦੇਖੋ ਵੀ ਇਹ ਕੀ ਹਾਲਾਤ ਇੱਥੇ ਬਣੇ ਹੋਏ ਨੇ ਬਈ ਕਿੰਨੀ ਦੇਰ ਤੋਂ ਕਿੱਥੇ ਮੁੰਡਾ ਕਿੱਥੇ ਆ ਇਹ ਕਿੰਨੀ ਦੇਰ ਤੋਂ ਤੁਸੀਂ ਵੇਚਦੇ ਗੁਰਕਾ ਸਾਹਿਬ ਇੱਥੇ ਤੂੰ ਦੱਸ ਐਮਰਜੈਂਸੀ ਹੈ ਤੁਸੀਂ ਤੇਜ਼ੀ ਭਾਅ ਜੀ ਆਪਾਂ ਤੁਹਾਡਾ ਫਰਜ਼ ਸਮਝਿਆ ਤੁਹਾਨੂੰ ਫੋਨ ਕਰਤਾ ਆਪਾਂ ਫਰਜ਼ ਤੁਹਾਨੂੰ ਪਹਿਲਾਂ ਫੋਨ ਕੀਤਾ ਜੀ ਧੰਨਵਾਦ ਸਰ ਧੰਨਵਾਦ ਧੰਨਵਾਦ ਸਰ ਧੰਨਵਾਦ ਰਵੀ ਜੀ ਭਰਾਓ ਸਾਡੇ ਤੁਸੀਂ ਤੁਸੀਂ ਦੱਸੋ ਵਾ ਕਿੱਥੋਂ ਗੁਟਕਾ ਸਾਹਿਬ ਤੁਹਾਡੇ ਕੋਲ ਇਹ ਆਉਂਦੇ ਨੇ ਪਾਉਣ ਲੈ ਕੇ ਕਿਹੜਾ ਦੁਕਾਨਦਾਰ ਅੰਬਾਲੇ ਦਾ ਹਾਂਜੀ ਨਹੀਂ ਤੁਹਾਡੇ ਕੋਲ ਅਥਾਰਟੀ ਕੀ ਆ ਗੁਟਕਾ ਸਾਹਿਬ ਵੇਚਣ ਦੀ ਨਹੀਂ ਧਾਰਮਿਕ ਡਿਮਾਂਡ ਤੁਹਾਡੀ ਹੈਗੀ ਆ ਤੁਹਾਡੀਆਂ ਧਾਰਮਿਕ ਰਿਲੀਜੀਅਸ ਬੁੱਕ ਜਿਹੜੀਆਂ ਨੇ ਉਹ ਦੂਜੇ ਪਾਸੇ ਪਈਆਂ ਹੋਈਆਂ ਨੇ ਨੋਰਮਲ ਪਈਆਂ ਨੇ ਪਰ ਤੁਹਾਨੂੰ ਇਹਦਾ ਸਤਿਕਾਰ ਪਤਾ ਗੁਰਬਾਣੀ ਦਾ ਸਤਿਕਾਰ ਕਿਵੇਂ ਜਾਂ ਕੀ ਇਹ ਤੁਹਾਡੇ ਕੋਲ ਕੀ ਅਥਾਰਟੀ ਹੈ ਅਤੇ ਜਿਹੜਾ ਤੁਹਾਨੂੰ ਦੁਕਾਨਦਾਰ ਦੇ ਰਿਹਾ ਉਹ ਦੁਕਾਨਦਾਰ ਕੌਣ ਹੈ ਕੀ ਨਾਮ ਹੈਗਾ ਉਹ ਵੀ ਦੱਸੋ ਨਹੀਂ ਤੁਹਾਡੇ ਕੋਲ ਇਹਦੀ ਅਥਾਰਟੀ ਕਿਹਦੇ ਦਿੱਤੀ ਤੁਹਾਨੂੰ ਵੇਚਣ ਦੀ ਪਹਿਲਾਂ ਦੱਸ ਦਿਓ ਧਾਰਮਿਕ ਤੋਂ ਤੁਸੀਂ ਕਹਿ ਦਾ ਨਹੀਂ ਤੁਸੀਂ ਆਹ ਹਾਲਾ ਇੱਕ ਮਿੰਟ ਆਹ ਦੇਖੋ ਸੰਗਤ ਜੀ ਇੱਥੇ ਇੱਥੋਂ ਅਸੀਂ ਗੁਟਕਾ ਸਾਹਿਬ ਚੱਕੇ ਨੇ ਆਹ ਦੇਖੋ ਇਹਨਾਂ ਦੇ ਹਾਲਾਤ ਇੱਥੋਂ ਅਸੀਂ ਆਹ ਗੁਟਕਾ ਸਾਹਿਬ ਆਹ ਸਾਰੇ ਆਹ ਤੋਂ ਆਹ ਪਿੱਛੇ ਦੇਖੋ ਆਹ ਫੜੀ ਮਾੜੇ ਸੋਹਣੇ ਆਹ ਫੜੀ ਆਹ ਗੁਟਕਾ ਸਾਹਿਬ ਤੁਸੀਂ ਦੇਖ ਲਓ ਆਹ ਦੁੱਲੇ ਦਿਖਾ ਦੇ ਯਾਰ ਆਹ ਕੀ ਹਾਲ ਹੈ ਦੱਸ ਯਾਰ ਆਹ ਵੇ ਆਹ ਕੀ ਹਾਲ ਹੈ ਆਹ ਹਾਲ ਕੀ ਹੈ ਅਰੇ ਯਾਰ ਨਾ ਨਹੀਂ ਆਹ ਗੱਲ ਨਹੀਂ ਹੁੰਦੀ ਏਦਾਂ ਨਹੀਂ ਹੁੰਦਾ ਰਵੀ ਜੀ ਇਹ ਕੋਈ ਮਜ਼ਾਕ ਨਹੀਂ ਹੈਗਾ ਇਹ ਮੈਂ ਕਿਹਾ ਜੀ ਜਵਾਬ ਨਹੀਂ ਹੈਗਾ ਇਹ ਨਹੀਂ ਹੈਗਾ ਇਹ ਸਿਸਟਮ ਨਹੀਂ ਹੈਗਾ ਨਹੀਂ ਨਹੀਂ ਆ ਭਾਅ ਜੀ ਫਿਰ ਆ ਗੁਰਬਾਣੀ ਜਿਹੜਾ ਬੰਦਾ ਲਿਆਂਦਾ ਉਹਦੇ ਕੋਲ ਉਹਦੇ ਨਾਲ ਵੀ ਗੱਲ ਕਰਾਂਗੇ ਨਾ ਆਪਾਂ ਉਹਦੇ ਨਾਲ ਵੀ ਕਰਾਂਗੇ ਨਾ ਜਿਹੜੀ ਕਾਰਵਾਈ ਜਿਹੜੀ ਹੋਣੀ ਉਹ ਤੇ ਹੋਣੀ ਹੋਣੀ ਆ ਸੋਨੂੰ ਕਿੱਥੇ ਹੋ ਤੁਸੀਂ ਇੱਥੇ ਰਵੀ ਬੁੱਕ ਡਿਪੂ ਤੇ ਖੜੇ ਹਾਂ ਅਸੀਂ ਸਾਨੂੰ ਪਤਾ ਲੱਗਾ ਸੀ ਐਮਰਜੈਂਸੀ ਇੱਥੇ ਆ ਕੇ ਹਾਲ ਵੇਖ ਲਓ ਗੁਰਬਾਣੀ ਦੀਆਂ ਪੋਥੀਆਂ ਅਤੇ ਗੁਰਦਾ ਸਾਹਿਬ ਦਾ ਅਸੀਂ ਆਏ ਹਾਂ 6-7 ਜਣੇ ਅਤੇ ਇੱਥੇ ਹਾਲ ਵੇਖ ਦਿਓ ਦੁਕਾਨ 'ਚ ਵੇਚਦੇ ਪਏ ਨੇ ਇੱਥੇ ਗੁਟਕਾ ਸਾਹਿਬ ਠੀਕ ਆ ਆ ਜਾਓ ਇੱਥੇ ਮਿੰਟੋ ਮਿੰਟੀ ਹਾਂ ਸਾਰੇ ਆ ਜਾਓ ਸਿੰਘ ਇੱਥੇ ਬਾਹਰ ਦੁਕਾਨ ਦੇ ਰੱਖ ਦੁੱਲੇ ਜੀ ਇੱਥੇ ਕੋਈ ਨਹੀਂ ਆ ਜਾਂਦੇ ਬਾਹਰ ਨੂੰ ਜਾਂਦੇ ਦਿਖਾਉਂਦੇ ਹਾਂ ਸਾਰਿਆਂ ਨੂੰ ਦਿਖਾ ਦੇਈਏ ਨਾ ਫਿਰ ਅਫਸਰਾਂ ਨੂੰ ਕਿਤੇ ਪਤਾ ਲੱਗੇ ਵੀ ਕਿੱਥੇ ਕੀ ਪਏ ਨੇ ਖੜ ਜਾਓ 5 ਮਿੰਟ
ਕਿੰਨਾ ਕੁ ਸਮਾਨ ਤੁਹਾਡੇ ਕੋਲ ਕਿੰਨਾ ਕੁ ਪਿਆ ਇਹਦੇ ਨਾਲ? ਜ਼ਿਆਦਾ ਨਹੀਂ ਮਤਲਬ? ਠੀਕ ਹੈ। ਆਹ ਹਾਲਾਤ ਵੇਖ ਲਓ ਵੀ ਇੱਥੇ ਤੁਸੀਂ, ਇੱਧਰ ਵੀ ਮੇਰੇ ਖਿਆਲ 'ਚ ਗੁਰਦਾ ਸਾਹਿਬ ਪਿਆ ਗੁਰੇਲਾ। ਆਹ ਵੇਖ ਯਾਰ, ਆਹ ਪੁੱਠਾ ਰੱਖਿਆ ਗੁਰਦਾ ਸਾਹਿਬ, ਆਹ ਕਿਵੇਂ ਪਿਆ? ਆ ਸਾਰੇ ਪੁੱਠੇ ਨੇ ਗੁਟਕਾ ਸਾਹਿਬ ਕਿਵੇਂ ਪਏ ਨੇ? ਹੁਣ ਆਪਾਂ ਕਹਿੰਦੇ ਹਾਂ ਵੀ ਫਲਾਣੀ ਜਗ੍ਹਾ ਗੁਟਕਾ ਸਾਹਿਬ ਦੀ ਬੇਦਬੀ ਹੋ ਗਈ, ਫਲਾਣੀ ਜਗ੍ਹਾ ਗੁਟਕਾ ਸਾਹਿਬ ਦੀ ਬੇਦਬੀ ਹੋ ਗਈ, ਕਿੱਥੋਂ ਲੈ ਕੇ ਜਾਂਦੇ ਨੇ ਲੋਕ? ਇੱਦਾਂ ਹੀ ਲੈ ਕੇ ਜਾਂਦੇ ਹੋਣਗੇ ਦੁਕਾਨਾਂ ਤੋਂ, ਇੱਦਾਂ ਹੀ ਲੈ ਕੇ ਜਾਂਦੇ ਹੋਣਗੇ ਦੁਕਾਨਾਂ ਤੋਂ, ਕੋਈ ਜਾ ਕੇ ਕੋਈ ਕਿੱਥੇ ਕੋਈ ਪਾੜ ਦਿੰਦਾ, ਕੋਈ ਸੁੱਟ ਦਿੰਦਾ, ਕੋਈ ਕੁਛ ਕਰ ਦਿੰਦਾ, ਇੱਦਾਂ ਹੀ ਲੈ ਕੇ ਜਾਂਦੇ ਨੇ। ਇੱਦਾਂ ਹੀ ਗੁਟਕਾ ਸਾਹਿਬ ਦੀ ਬੇਦਬੀ ਹੁੰਦੀ ਨੇ, ਇੱਦਾਂ ਹੀ ਗੁਰੂ ਸਾਹਿਬ ਦੇ ਪਾਵਨ ਸੂਪਨ ਦੀ ਬੇਦਬੀ ਹੁੰਦੀਆਂ ਨੇ। ਜਿਹਦਾ ਦਿਲ ਕਰੇ ਉਹ ਵੇਚ ਲੈਣਾ, ਜਿਹਦਾ ਦਿਲ ਕਰੇ ਉਹਦਾ ਆਪਣਾ ਰੱਖ ਕੇ ਆਪਣਾ ਬਿਜ਼ਨਸ ਬਣਾਇਆ ਹੋਇਆ। ਹੁਕਮ ਹੱਥ ਨੂੰ ਕੋਈ ਨਹੀਂ, ਹੁਣ ਵੇਖਦੇ ਹਾਂ ਹੁਕਮ ਆਪਣਾ। ਭਾਜੀ ਕਿਤਾਬਾਂ ਨਹੀਂ ਹੈਗੀਆਂ, ਵਾਰ ਵਾਰ ਕਹਿ ਰਿਹਾ ਤੂੰ ਰਵੀ ਜੀ, ਇਹ ਕਿਤਾਬਾਂ ਨਹੀਂ ਹੈਗੀਆਂ, ਇਹ ਕਿਤਾਬਾਂ ਨਹੀਂ ਹੈਗੀਆਂ। ਹਾਂ ਯਾਰ ਕਮਾਲ ਗੱਲ ਕਰਦੇ ਹੋ, ਕੀ ਗੱਲ ਕਰਨੀ ਸਾਡੇ ਨਾਲ ਤੁਸੀਂ? ਇਹ ਕੀ ਹੈ, ਇਹ ਮਜ਼ਾਕ ਹੈ ਸਾਡੇ ਨਾਲ? ਸਾਡੀ ਜਾਨ ਸਾਡੀ ਹੈ, ਡਿਮਾਂਡ ਗੁਰੂ ਗ੍ਰੰਥ ਸਾਹਿਬ ਦੀ ਕਰਨਗੇ, ਉਹ ਵੀ ਲਿਆਓਗੇ? ਫਿਰ ਲਿਆਓਗੇ ਡਿਮਾਂਡ ਤੇ ਗੁਰੂ ਗ੍ਰੰਥ ਸਾਹਿਬ? ਅਸੀਂ ਡਿਮਾਂਡ ਕਰਦੇ ਲੋਕ, ਮੈਂ ਕਹਿੰਦਾ ਸ਼੍ਰੀ ਖਾਨ ਪਰ ਤੁਹਾਡੇ ਕੋਲ ਲਿਆਓ, ਦੋ ਪਾਠੀ ਮੇਰੀ ਡਿਮਾਂਡ ਲਓ, ਰੱਖੋ ਰੱਖੋ, ਲੈ ਵੀ ਸਾਰੇ ਪਟਕਾਣਾ ਦੋ ਪਾਠੀ ਦੋ ਹੈ, ਸੈਂਚੇ ਵੀ ਨੇ ਥੱਲੇ, ਦੇਖੀਏ ਥੱਲੇ ਥੋੜ੍ਹੀ ਦੂਜੇ ਨੰਬਰ ਤੇ ਸੈਂਚੇ ਨਹੀਂ ਹੈਗੇ, ਸੈਂਚੇ ਵੀ ਹੈਗੇ ਦੋ, ਨਹੀਂ ਨਹੀਂ ਉਹ ਰੱਖੋ ਤੁਸੀਂ, ਕੋਈ ਨੀ ਸਾਨੂੰ ਉਹਦੇ ਨਾਲ ਕੋਈ ਨੀ। ਓਹੋ ਆ ਬਾਕੀ ਜੋ ਮਰਜ਼ੀ ਆ, ਚਲੋ ਹੁਣ ਆ ਸ਼੍ਰੀ ਜਨਮ ਪਵਿੱਤਰ ਹੈ ਉਹਦੇ ਵਿਖਾ ਦੇ ਵੈਸੇ, ਚਲੋ ਹਾਲ ਵੇਖ ਲਓ, ਆ ਹਾਲ ਵੇਖ ਲਓ, ਧਾਰਮਿਕ ਹੈ ਜਿਹਦਾ, ਇਹਦਾ ਹਾਲ ਵੇਖ ਲਓ ਤੁਸੀਂ, ਧਰਮ ਸਾਰੇ ਸਤਿਕਾਰਯੋਗ ਨੇ ਪਰ ਇਹਨਾਂ ਦਾ ਹਾਲ ਤੁਸੀਂ ਦੇਖ ਲਓ, ਹਾਲ ਕਿੱਥੋਂ ਆ ਗਿਆ ਫਿਰ ਤੁਸੀਂ ਤੁਹਾਨੂੰ ਵਿਰਾਥ ਨੇ ਬਣਾ ਬਣਾ ਤੂੰ ਕਰ ਕਵਰ ਕਰਨ ਨੂੰ, ਇਹ ਕੋਈ ਮਜ਼ਾਕ ਨਹੀਂ ਹੈਗਾ ਜੀ, ਇਹ ਕੋਈ ਮਜ਼ਾਕ ਥੋੜ੍ਹੀ ਹੈ, ਬੰਦ ਕਰ ਦਿੰਦੇ ਹਾਂ। ਹਾਂ ਇਹ ਮਜ਼ਾਕ ਨਹੀਂ ਹੈਗਾ ਕੋਈ, ਹਾਂ ਇਹ ਮਜ਼ਾਕ ਨਹੀਂ ਵੀ ਅੱਜ ਰੱਖਣੇ ਇੱਥੇ, ਹਾਲ ਵੇਖ ਲਓ ਰਾਜ ਸਾਹਿਬ ਤੁਹਾਡੇ ਸਾਹਮਣੇ ਵੇਖ ਲਓ, ਅਸੀਂ ਫਿਰ ਵੀ ਬੜੇ ਸਬਰ ਨਾਲ ਖੜੇ ਹਾਂ, ਜਦੋਂ ਦੇ ਖੜੇ ਆਰਾਮ ਨਾਲ, ਕੋਈ ਫਿੱਕਾ ਬੋਲ ਨਹੀਂ ਕਿਸੇ ਨੂੰ, ਕੋਈ ਮਾੜਾ ਬੋਲ ਨਹੀਂ ਕਿਸੇ ਨੂੰ ਕਿਹਾ। ਹਾਂ ਠੀਕ ਹੈ ਨਾ, ਆਹ ਖੜੇ ਹਾਂ ਨਾ, ਦੁਕਾਨ ਕਰਾਓ ਬੰਦ ਸਾਰੀ ਯਾਰ, ਕਰੋ ਇਕੱਠ ਯਾਰ, ਇੱਦਾਂ ਨਹੀਂ ਗੱਲ, ਕਰੋ ਇਕੱਠ, ਸੋਨੂੰ ਹਾਂ ਲਾ ਸਿੰਘ ਲਾ ਫੋਨ ਯਾਰ, ਕਰੋ ਤੁਸੀਂ, ਹਾਂ ਇੱਦਾਂ ਨਹੀਂ ਗੱਲ ਬੰਨੀ, ਇਹ ਤਾਂ ਕੋਈ ਮਜ਼ਾਕ ਥੋੜ੍ਹੀ ਹੈ, ਤੁਸੀਂ ਤੁਸੀਂ ਬੰਦੇ ਲੱਭਦੇ ਮਰ ਜਾਓ ਵੀ ਪਸ਼ਕੇ ਨੇ ਕੀਤਾ, ਨਹੀਂ ਨਹੀਂ ਕਿ ਬੰਦੇ ਲੱਭ, ਤੁਸੀਂ ਤੁਸੀਂ ਭਰਾ ਮੇਰਾ ਬੰਦੇ ਲੱਭਦੇ ਮਰ ਜਾਓ ਵੀ ਕੌਣ ਬੇਦਬੀ ਕਰ ਗਿਆ, ਕੌਣ ਬੇਦਬੀ ਕਰ ਗਿਆ, ਆਹੀ ਕੰਮ ਰਹੇਗਾ ਤੁਹਾਨੂੰ। ਹਾਂਜੀ ਇੱਥੇ ਬੰਦਿਆਂ ਦੀ ਹੁਣ ਅਰੈਸਟ ਪੈਣੀ ਚਾਹੀਦੀ ਹੈ, ਇੱਥੇ ਇੱਥੇ ਅਰੈਸਟ ਪੈਣੀ ਚਾਹੀਦੀ, ਬੰਦਾ ਨਹੀਂ ਮੈਂ ਕੋਈ ਜਾਣ ਦੇਣਾ, ਮੈਂ ਇੱਥੋਂ ਅਰੈਸਟ ਪਵਾਉਣ ਤੋਂ ਬਿਨਾਂ ਇੱਥੋਂ ਮੈਂ ਨਿਕਲਦਾ ਬਾਹਰੋਂ, ਨਾ ਕਿਸੇ ਨਾਲ ਮੇਰਾ ਕੋਈ ਵਹਿ, ਨਾ ਮੇਰੀ ਕੋਈ ਪਰਸਨਲ ਲੜਾਈ ਕਿਸੇ ਨਾਲ, ਆਹ ਕਹਿਦੇ ਰਵੀ ਮੇਰੀ ਕੋਈ ਪਰਸਨਲ ਲੜਾਈ ਇਹਦੇ ਨਾਲ, ਨਾ ਮੇਰੀ ਕੋਈ ਪਰਸਨਲ ਲੜਾਈ ਨਹੀਂ ਇਹਦੇ ਨਾਲ, ਇੱਥੇ ਹੀ ਆਉਂਦਾ, ਇੱਥੇ ਕਿਤਾਬਾਂ ਲੈਂਦਾ ਮੈਂ, ਕਦੇ ਬਾਤ ਕਾਰਡ ਹੋਵੇ ਦੱਸ ਦੇ। ਹਾਂ ਤੰਨੇ ਖੜੋ ਇੱਥੇ ਤੁਸੀਂ, ਇੱਥੋਂ ਰੈਸਟ ਪੈਣ ਤੋਂ ਬਿਨਾਂ ਨਹੀਂ ਕੋਈ ਬੰਦਾ ਮੈਂ ਜਾਣ ਦੇਣਾ ਇੱਥੋਂ, ਆਪ ਚ ਪਰਚਾ ਕਟਾ ਕੇ ਰੈਸਟ ਪਾ। ਆਹ ਵੇਖ ਲਓ, ਆਹ ਹਾਲ ਵੇਖ ਲਓ ਇੱਥੇ, ਆਹ ਸੁਖਮਨੀ ਸਾਹਿਬ ਹਿੰਦੀ ਦੇ, ਆਹ ਪੰਜਾਬੀ ਦੇ, ਆਹ ਮਿੱਟੀ ਤੁਸੀਂ ਆਹ ਦੇਖ ਲਓ,
ਆ ਤੁਹਾਡੇ ਸਾਹਮਣੇ ਆ ਦੇਖੋ ਮਿੱਟੀ, ਆ ਹਾਲ ਨੇ, ਆ ਦੇਖ ਆ ਪਾਣੀ ਬਣ, ਆਹ ਸੁੱਚੇ ਤੇਰੇ ਬੇਟਾ, ਆ ਹਾਲ ਵੇਖ ਲਓ ਤੁਸੀਂ, ਆ ਛੱਡ ਆ ਜਾ, ਆ ਦੇਖ ਆ ਗੁਰਕਾ ਸਾਹਿਬ ਜੱਸਿਆ ਦਾ, ਆ ਵੇਖ ਲਓ ਤੁਸੀਂ ਦੱਸਾਂ, ਓ ਹੋ 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 ਹੋ, ਆ ਦੇਖੋ ਆ ਹਾਲ ਵੇਖ ਲਓ, ਗੱਲ ਗੁੱਲ ਨਹੀਂ ਕਰਨੀ ਕਹਿਣਾ ਤੇ ਬੰਦੇ ਤੇ ਜੇ ਉੱਥੇ ਟੱਕੋ ਪਹਿਲਾਂ ਅਗਲੀ ਗੱਲ ਕਰਾਂਗੇ, ਫਿਰ ਦੁਕਾਨ ਕਰੋ ਸੀਲ, ਦੁਕਾਨ ਨੂੰ ਲਾਓ ਤਾਲੇ ਪੱਕੇ, ਆਪਣੇ ਤਾਲੇ ਲਾਓ ਜੀ ਤੁਸੀਂ, ਇੱਥੇ ਤਾਲੇ ਲਾਓ ਆਪਣੇ, ਹੋਰ ਤਾਲੇ ਨਹੀਂ ਇੱਥੇ ਵੱਜਣੇ, ਸਾਡੇ ਰਾਜਪੀਤ ਇੱਕ ਬਹੁਤ ਮਸ਼ਹੂਰ ਦੁਕਾਨ ਹੈ ਰਵੀ ਬੁੱਕ ਡਿਪੂ, ਜਦੋਂ ਸਾਨੂੰ ਕੱਲ੍ਹ ਪਤਾ ਲੱਗਾ ਵੀ ਇੱਥੇ ਸਿੱਖ ਧਰਮ ਨਾਲ ਸੰਬੰਧਿਤ ਅਤੇ ਹਿੰਦੂ ਧਰਮ ਨਾਲ ਸੰਬੰਧਿਤ ਧਾਰਮਿਕ ਪੋਥੀਆਂ ਦੀ ਬਹੁਤ ਜ਼ਿਆਦਾ ਬੇਅਦਬੀ ਹੋ ਰਹੀ, ਸਾਡੇ ਕੋਲ ਵੀਡੀਓ ਆਈ, ਚਲੋ ਅਸੀਂ ਵੀਡੀਓ ਦੇ ਆਧਾਰ 'ਤੇ ਕਾਰਵਾਈ ਨਹੀਂ ਕੀਤੀ ਸੀਗੀ, ਜੋ ਆਪ ਅੱਖੀਂ ਜਾ ਕੇ ਵੇਖਾਂਗੇ, ਅਸੀਂ ਦੋ ਚਾਰ ਸੱਜਣ ਸੀਗੇ ਜਦੋਂ ਅਸੀਂ ਉੱਥੇ ਮੁੰਡੇ ਭੇਜੇ ਵੀ ਜਾਓ ਉੱਥੇ ਜਾ ਕੇ ਵੇਖ ਕੇ ਆਓ, ਅਤੇ ਜਦੋਂ ਹਾਲਾਤ ਵੇਖੇ ਤਾਂ ਬਹੁਤ ਬੁਰੇ ਹਾਲਾਤ ਸੀ, ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ ਪੋਥੀਆਂ ਜਿਵੇਂ ਨਿਤਨੇਮ ਦੀ ਪੋਥੀ ਹੈ ਪੰਜਾਬੀ 'ਚ, ਹਿੰਦੀ 'ਚ ਸੁਖਮਨੀ ਸਾਹਿਬ ਦੀ ਪਾਵਨ ਪੋਥੀ ਹੈ, ਸੁੰਦਰ ਗੁਟਕਾ ਹੈ, ਬੇਅੰਤ ਬਾਣੀਆਂ ਦੀਆਂ ਪੋਥੀਆਂ ਨੇ, ਅਤੇ ਨਾਲ ਹੀ ਸ਼੍ਰੀਮਦ ਭਾਗਵਤ ਗੀਤਾ, ਰਮਾਇਣ, ਹਨੂੰਮਾਨ ਚਾਲੀਸਾ, ਸੁੰਦਰ ਕਥਾ ਅਤੇ ਹੋਰ ਜਿਹੜੇ ਨੇ ਸਨਾਤਨ ਧਰਮ ਜਿਹੜੇ ਗ੍ਰੰਥ ਨੇ ਉਹਨਾਂ ਦੇ ਵੀ ਬੇਅਦਬੀ ਬਰਾਬਰ ਹੋਈ ਸੀ, ਸੋ ਉਹਨੂੰ ਵੇਖਦਿਆਂ ਹੋਇਆਂ ਵਿਚਾਰਦਿਆਂ ਹੋਇਆਂ ਵੀ ਸਾਡਾ ਜਿਹੜਾ ਹੈ ਭਾਈਚਾਰਾ ਵੀ ਕਿਸੇ ਨੂੰ ਇਹ ਨਾ ਲੱਗੇ ਵੀ ਕਿਤੇ ਕਿਸੇ ਇੱਕ ਧਰਮ ਦੇ ਸੰਬੰਧ ਨਾਲ ਇਹ ਕੋਈ ਸ਼ਰਾਰਤ ਕੀਤੀ ਜਾ ਰਹੀ ਹੈ, ਸੋ ਅਸੀਂ ਫਿਰ ਪ੍ਰਸ਼ਾਸਨ ਨੂੰ ਬੁਲਾ ਕੇ ਉੱਥੋਂ ਸਾਰੀ ਜਿਹੜੀ ਕਾਰਵਾਈ ਕੀਤੀ ਆ, ਸੋ ਹੁਣ ਜਿਹੜੀ ਦਰਖਾਸਤ ਸਾਡੀ ਲਿਖ ਲਈ ਗਈ ਆ, ਅਤੇ ਉਸ ਦੇ ਆਧਾਰ 'ਤੇ ਜਿਹੜਾ ਗੁਰਬਾਣੀ ਦੀਆਂ ਪਾਵਨ ਪੋਥੀਆਂ ਅਤੇ ਸਨਾਤਨ ਹਿੰਦੂ ਧਰਮ ਦੇ ਸ਼੍ਰੀਮਦ ਭਾਗਵਤ ਗੀਤਾ ਰਮਾਇਣ ਦੀ ਜਿਹੜੀ ਧਾਰ ਬੇਅਦਬੀ ਹੋਈ ਹੈ, ਕਿਉਂਕਿ ਇਹ ਬੇਅਦਬੀ ਹੈ, ਕਿਸੇ ਕੋਲ ਕੋਈ ਹੱਕ ਨਹੀਂ ਵੀ ਗੁਰਬਾਣੀ ਦੀ ਪੋਥੀ ਨੂੰ ਉਹ ਦੁਕਾਨ ਦੇ ਵਿੱਚ ਹੁਣ ਬੂਟ ਪਾਏ ਨੇ ਉੱਦਾਂ ਹੀ ਚੱਕਦੇ ਹੋਣਗੇ, ਉੱਦਾਂ ਹੀ ਬਿੱਲ ਕਰਦੇ ਹੋਣਗੇ, ਹੁਣ ਕਿਸੇ ਬੰਦੇ ਨੇ ਪੋਥੀ ਚੁੱਕੀ ਦੁਕਾਨ ਤੋਂ ਲੈ ਗਿਆ ਅੱਗੇ ਜਾ ਕੇ ਪਾੜਤੀ, ਉਹਦਾ ਜ਼ਿੰਮੇਵਾਰ ਕੌਣ ਹੈ, ਸੋ ਅਸੀਂ ਇਹਦੇ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨਵੋਲਵ ਕਰਨਾ ਚਾਹੁੰਦੇ ਵੀ ਸਾਡਾ ਜਿੰਨੀ ਔਕਾਤ ਆ ਅਸੀਂ ਆਪਣਾ ਕੰਮ ਕੀਤਾ, ਹੁਣ ਕੰਮ ਹੈ ਸ਼੍ਰੋਮਣੀ ਸੰਸਥਾ ਦਾ ਵੀ ਉਹ ਇਸ 'ਤੇ ਪੈਰਵਾਈ ਕਰੇ, ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਇਕੱਲਾ ਪਰਚੇ ਤੱਕ ਨਹੀਂ ਸੀਮਤ ਰਹਿਣਾ ਸੀ, 295A ਦੀ ਕਾਰਵਾਈ ਹੋ ਗਈ ਹੈ, ਇਹੀ ਬਣਦੀ ਸੀ, ਇਸ ਤੋਂ ਉੱਪਰ ਕੋਈ ਕਾਰਵਾਈ ਨਹੀਂ ਸੀ ਹੈਗੀ, 295A ਦੀ ਕਾਰਵਾਈ ਹੋ ਗਈ ਹੈ, ਪਰਚਾ 200% ਹੋ ਗਿਆ, ਹੁਣ ਉਹਦੇ ਆਧਾਰ 'ਤੇ ਤਫਤੀਸ਼ ਹੋਏਗੀ, ਇਹਦੇ ਕਿਤਾਬਾਂ ਇਹਦੇ ਧਾਰਮਿਕ ਪੋਥੇ ਕਿੱਥੋਂ ਲਿਆਂਦੀਆਂ, ਕੌਣ ਬੰਦਾ ਇਸ ਦੇ ਨਾਲ ਨਾਲ ਹੋਰ ਕਿੰਨੀਆਂ ਕੁ ਦੁਕਾਨਾਂ 'ਤੇ ਪੋਥੀਆਂ ਪਈਆਂ ਨੇ, ਇਹਨੇ ਕਿਹਨੂੰ ਕਿਹਨੂੰ ਵੇਚੀ ਆ, ਕਿੰਨਾ ਇਹਦੇ ਕੋਲ ਮਾਲ ਆਉਂਦਾ ਰਿਹਾ, ਕਿੰਨਾ ਕਿਹਦੇ ਕੋਲ ਉਹ ਧਾਰਮਿਕ ਪੋਥੀਆਂ ਨੇ, ਉਹ ਸਾਰਾ ਕੁਝ ਹੁਣ ਜਿਹੜੀ ਤਫਤੀਸ਼ ਹੋਏਗੀ, ਅਤੇ ਇਸ ਤਫਤੀਸ਼ ਦੇ ਆਧਾਰ 'ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਾਂਗੇ ਵੀ ਵਿੱਚ ਇਨਵੋਲਵ ਹੋ ਕੇ ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਛਪਾਈ ਜਿਹੜੀ ਆ ਤੁਸੀਂ ਅਦਰ ਪ੍ਰੈਸਾਂ ਤੋਂ ਬੰਦ ਕਰਵਾਈ ਸੀ,
ਉਸੇ ਤਰ੍ਹਾਂ ਧਾਰਮਿਕ ਪੋਥੀਆਂ ਦੀ ਛਪਾਈ ਵੀ ਜਿਹੜੀ ਆ ਅਦਰ ਪ੍ਰੈਸਾਂ ਤੋਂ ਬੰਦ ਹੋਣੀ ਚਾਹੀਦੀ ਹੈ ਜੇ ਹਾਂਜੀ ਪਹਿਲਾਂ ਲਿਖਾਇਆ ਵੀ ਨਾਲ ਹਿੰਦੂ ਸਨਾਤਨ ਧਰਮ ਦੀਆਂ ਪੋਥੀਆਂ ਦੀ ਬਿਰਦੀ ਤੁਹਾਡੇ ਸਾਹਮਣੇ ਜੇ ਝੂਠ ਬੋਲਿਆ ਦੱਸ ਦੋ ਰਮਾਇਣ ਦੇ ਕੋਈ ਰਮਾਇਣ ਹੋ ਪਈ ਉੱਪਰ ਇਹ ਸਾਡੇ ਇੰਨੇ ਸਤਿਕਾਰਯੋਗ ਆਏ ਨੇ ਅਸੀਂ ਐਵੇਂ ਇਹਨਾਂ ਨੂੰ ਪ੍ਰਸਤਕਾਰ ਨਾਲ ਪੜਦੇ ਆ ਅਸੀਂ ਵੀ ਪੜਦੇ ਆ ਪੋਥੀਆਂ ਦੇ ਲਪੇਟ ਕੇ ਆ ਜੋ ਅੱਗੇ ਆ ਜਾ ਇੱਕ ਮਿੰਟ ਦੇ ਨਾਲ ਤੇ ਸਾਹਮਣੇ ਇਹਨਾਂ ਨੂੰ ਦੇਖ ਕੇ ਵੀ ਦੁੱਖ ਹੋਇਆ ਆ ਦੇਖੋ ਜੀ ਇਧਰ ਇਹ ਚਾਲੀ ਸਾਹਿਬ ਦਾ ਨਾਮ ਹੈ ਆ ਚਾਲੀ ਸਾਹਿਬ ਸੰਗ੍ਰਹਿ ਹੁਣ ਤੁਹਾਡੇ ਮੈਂ ਦੇਖੋ ਮੇਰਾ ਦੱਸੋ ਸਾਡਾ ਕੋਈ ਸਾਡਾ ਕੋਈ ਮਕਸਦ ਥੋੜ੍ਹੀ ਵੀ ਸਾਡੇ ਕੋਈ ਲੜਾਈ ਥੋੜ੍ਹੀ ਕਿਸੇ ਨਾਲ ਸਾਡੀ ਲੜਾਈ ਨਹੀਂ ਹੈ ਪਰ ਆਹ ਤੁਸੀਂ ਦੱਸੋ ਕੀ ਕਰੋਗੇ ਹੁਣ ਤੁਸੀਂ ਦੱਸ ਦਿਓ ਵੀ ਤੁਸੀਂ ਮੈਨੂੰ ਕਹੋਗੇ ਪਰਵਾਨੇ ਆ ਸੋਚ ਲਈ ਆਪਾਂ ਵਿਚਾਰ ਕਰ ਦਿਓ ਕਹੋਗੇ ਇਹ ਪੁੱਠੇ ਜੀ
ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਪਾਵੇ ਦੁਸ਼ਟਾਂ ਨੂੰ ਝਿੜਕਾਵੇ ਉਹ ਵੈਰੀ ਦੀ ਤੇਗ ਚੱਲੀ ਨਾ ਜਾਵੇ।